another vlog with Harun 522. Okay, जी आज फिर हम अपने दोस्तों के घर रहे हैं, तो आज फिर हम शुगर लगाएंगे। प्लीज वीडियो को पूरा देखे करें। तो आज सबसे पहले खास बंदे से मिलाता हूँ आप, उसका नाम भाई कामरान भाई। गुड इवनिंग एवरीवन। और आज फिर हमारे साथ मोहन भाई भी हैं, और मोहन भाई ने आज ट्रीट देनी है सारे पैसा में। हम बहुत खुश हैं, यह दफा ये हमें सारा बहुत बड़ी ट्रीट देते हैं। लेकिन इस दफा मोहन भाई कैसी ट्रीट देनी चाहेंगे आप? ये भाई मोहन है, साडी ट्रीट है। साडे ना लोग ऐश के हो गए, साडे ना घर दे रह के फिट गए ने। सही गल कह रहा है अरुण भाई नु, तुसी व्लॉग च वेंदे आई हो ਕਿਤੇ ਪਿਆਲੇ ਵੇਖੋ ਲੱਗ ਰਹੇ ਨੇ। ਪਹਿਲੇ ਪਹਿਲੇ ਲੋਕ ਜੋ ਸਾਡੇ ਨਾਲ ਨਹੀਂ ਹੁੰਦੇ ਹੈ, ਇਹਨਾਂ ਦਾ ਮੂੰਹ ਇੰਨੀ ਜਿਵੇਂ ਕੰਧ ਤੇ ਗੋਇਆ ਲਾਇਆ ਹੁੰਦਾ, ਉਹ ਜਿਹੜਾ ਇਹਨਾਂ ਦਾ ਮੂੰਹ ਹੁੰਦਾ ਸੀ। ਹੁਣ ਵੇਖੋ ਸਾਡੇ ਨਾਲ ਏਡੇ ਪਿਆਲੇ ਇਮਰਾਨ ਹਾਸ਼ਮੀ ਲੱਗ ਰਹੇ। ਰੋਣ ਬਾਈ ਇੱਧਰ ਵੇਖੇ ਬੜਾ ਆਪਣਾ ਮੂੰਹ ਨੀ ਵੇਖਦਾ, ਦੂਸਰੇ ਨੂੰ ਬੜੀਆਂ ਗੱਲਾਂ ਕਰਦੇ। ਕਾਮਰਾਨ ਭਾਈ ਲੋਕੀ ਤਰੱਕੀ ਕਰਦੇ ਪਏ ਨੇ, ਕਾਮਰਾਨ ਭਾਈ ਕੋ ਹੈਏ ਵੀ ਉਹ ਗੈਸ ਵਾਲਾ ਭਾਈ ਸਾਡੇ ਤੋਂ ਉਹ ਖਤਰਾ ਹੈ। ਕਾਮਰਾਨ ਸਾਹਿਬ ਕੋ ਜਵਾਬ ਦੇਵੋਗੇ? ਬਾਕੀ ਕੋਈ ਨੀ, ਹੁਣ ਪੀਜ਼ਾ ਆਉਂਦਾ ਹੈ, ਚੱਪਾ ਕਰ ਪੀਜ਼ਾ ਆਉਂਦਾ ਹੈ। ਬਹਾਨੇ ਆ ਕੇ ਕਿਵੇਂ ਅਸੀਂ ਖਾ ਰਹੇ ਹਾਂ, ਕੁਝ ਖਾਣੇ ਦੇ। ਬਾਕੀ ਰੂਨ ਭਾਈ ਵੀ ਬੜੇ ਦੇਰ ਬਾਅਦ ਖਾਣ ਲੱਗੇ ਨੇ। ਮੈਂ ਤੁਹਾਨੂੰ ਸਾਫ ਦੱਸਣਾ, ਐਂ ਵੀ ਦੋਵੇਂ ਬੋਲੇ ਜਾਂਦੇ ਨੇ, ਬਸ ਪੀਜ਼ੇ ਦੇ ਬਾਅਦ ਬੋਲਦੇ ਪਏ ਨੇ। ਮੈਨੂੰ ਕਿਹਾ ਪੀਜ਼ਾ ਖਵਾ ਤੇ ਫਿਰ ਵੀਡੀਓ ਬਣਾਣੀ। ਮੂਨ ਭਾਈ ਟ੍ਰੀਟ, ਮੂਨ ਭਾਈ ਨੇ ਬੜੇ ਦਿਨਾਂ ਦੀ ਨਹੀਂ ਕਦੀ ਕਿਹਾ ਚਲਾਓ ਮੈਂ ਵੀ ਕੁਛ ਖਵਾ ਦਾਂ। ਜਦੋਂ ਵੀ ਕਹਿੰਦਾ ਭਾਈ ਕੁਛ ਖਵਾ, ਇੱਧਰ ਕੋ 50 ਰੁਪਏ ਆਉਂਦੇ, ਚਲੋ ਕੇ ਐਫ ਸੀ ਚਲੀਏ। ਐਂ ਦਾ ਬੰਦਾ ਹੈ, ਸਹੀ ਗੱਲ ਹੈ। ਕਾਮਰਾ ਸਾਹਿਬ ਗਵਾਹ ਨੇ, ਕੀ ਪਤਾ ਨੀ ਸਾਨੂੰ ਯਾਰ। ਸਾਡੇ ਘਰ ਦੇ ਜਿਹੜੇ ਸਾਡੇ ਮੇਨਾ ਰਹਿ ਰਹਿ ਕੇ ਇੰਨੇ ਵੇ ਫਿੱਟ ਗਏ। ਹਾਂ ਬਿਲਕੁਲ ਜੀ, ਉਹਦੇ ਤੋਂ ਭਾਈ ਮੈਂ ਤੁਹਾਨੂੰ ਕਿਹੜੀ ਗੱਲ ਦੱਸਾਂ। ਤੇਰੇ ਘਰ ਦੇ ਪਤਾ ਤੈਨੂੰ ਕਿਉਂ ਫਿੱਟੇ ਨੇ? ਤੇਰੀਆਂ ਟੈਨਸ਼ਨਾਂ ਲੈ ਕੇ ਪੈਣੇ, ਮੁੰਡਾ ਸਾਰੇ ਦਿਹਾੜੀ ਵਿਹਲੇ ਆ, ਤੂੰ ਤਿਆਰ ਚ, ਤੂੰ ਵੀ ਤਿਆਰ ਚ ਰਹਿੰਦਾ ਹੈ ਜੀ, ਚਲੋ ਵਿਹਲਾ ਵਾ। ਇਹ ਤਾਂ ਮੁਸ਼ਕਲ ਹੀ, ਇਹਨਾਂ ਨੂੰ ਪਤਾ ਨਹੀਂ ਕਿਉਂ ਪੀਜ਼ਾ ਡਿਲੀਵਰ ਕਰਦੇ ਆ। ਬਿਲਕੁਲ ਪੀਜ਼ਾ ਡਿਲੀਵਰ, ਪੀਜ਼ਾ ਡਿਲੀਵਰ ਕਰ, ਤੂੰ ਐਡਾ ਪੀਜ਼ੇ ਵਾਲਾ। ਸਹੀ ਗੱਲ ਜੀ ਭਾਈ, ਪਤਾ ਜੇ ਘਰ ਦੇ ਕਹਿੰਦੇ ਨੇ ਵਿਹਲਾ ਏ, ਤੇ ਅੱਗੋ ਤਿਆਰ ਸ਼ਿਆਰ ਨਾ ਹੋਈਏ, ਗੰਦੇ ਬਣੇ ਦੇ, ਤੂੰ ਵਿਹਲਾ ਹੁੰਦਾ ਨਹਾਉਂਦਾ ਕੇ ਹੋਵੇ, ਜੇ ਬੰਦਾ ਤਿਆਰ ਸ਼ਿਆਰ ਹੋਏ ਤੇ ਤੂੰ ਤਿਆਰ ਸ਼ਿਆਰ ਰਹਿਣਾ। ਭਾਈ ਸਾਡੀਆਂ ਮਿੱਲਾਂ ਚੱਲਦੀਆਂ, ਤੁਹਾਡੀਆਂ ਮਿੱਲਾਂ? ਹਾਂਜੀ, ਤੁਹਾਡੀਆਂ ਮਿੱਲਾਂ ਅਨਪੜ੍ਹ ਕਾਦੀਆਂ ਚੱਲਦੀਆਂ ਨੇ। ਇਹ ਭਾਜੀ ਪੇਪਰ ਬਣਾਉਂਦੇ ਨੇ ਭਾਈ, ਐਕਸਪੈਰੀਮੈਂਟ ਹੀ ਆ ਭਾਈ, ਤਾਂ ਕੋਈ ਚੈਲੇਂਜ ਦੇਣਾ ਕਰੋ। ਤੁਸੀਂ ਗੂੰਗੇ ਹੋ, ਤੁਹਾਨੂੰ ਗਾਣਾ ਕਿੰਨਾ ਗਾਣਾ ਗਾਓ, ਨਾਮ ਜਲੇਬੀ ਬਾਈ ਕਿੰਜ ਗਾਓਗੇ ਤੁਸੀਂ ਦੱਸੋ ਨਾ। ਪਤਾ ਨੀ ਮੈਂ ਤੇਰੇ ਕੋਲ ਪੁੱਛ, ਚੱਲ ਮੈਂ ਦੱਸਦਾ। ਅਗਰ ਤੁਸੀਂ ਗੱਲ ਲੈ ਗੂੰਗੇ ਹੋਵੋ ਤੇ ਇਸਲਾਮਾਬਾਦ ਜਾਣਾ, ਕੀ ਇਸ਼ਾਰਾ ਕਰ ਦੱਸੋ ਕੀ ਇਸ਼ਾਰਾ, ਕੀ ਇਸ਼ਾਰਾ ਕਰੋਗੇ? ਸੋਚੋ ਇਸਲਾਮਾਬਾਦ ਦਾ ਕੀ ਮਸ਼ਹੂਰ ਹੈ। ਤੁਸੀਂ ਗੁੰਗੇ ਹੋ, ਸਹੀ ਹੈ, ਤੇ ਤੁਸੀਂ ਰੋਟੀ ਖਾਣੀ, ਉਹ ਕਹਿੰਦੇ ਮੰਗੋਗੇ ਚਲੋ ਭਾਈ ਮੂਨ ਚੈਲੰਜ ਕਰਨੇ ਆ, ਤੁਸੀਂ ਦੱਸੋ ਤੁਹਾਡੇ ਬਾਰੇ, ਤੁਸੀਂ ਦੱਸ ਦਿਓ।
ਸਮਝ ਲਓ ਤੁਸੀਂ ਨਾਸ਼ਤਾ ਕਰਨ ਗਏ ਹੋ ਅੱਛਾ ਤੇ ਤੁਸੀਂ ਗੁੰਗੇ ਹੋ ਤੇ ਹੁਣ ਉਹ ਤੁਸੀਂ ਨਾਸ਼ਤਾ ਪੈਕ ਕੇ ਵੀ ਕਰਵਾਓਗੇ ਵੇਟਰ ਨੂੰ ਕਿਵੇਂ ਕਹੋਗੇ ਯਾਰ ਨਾਸ਼ਤਾ ਪੈਕ ਕਰਕੇ ਮਤਲਬ ਅੱਗੇ ਚਨੇ ਚੁਨੇ ਪਏ ਨੇ ਅੱਛਾ ਹੁਣ ਤੁਸੀਂ ਕਿਵੇਂ ਪੈਕ ਕਰਵਾਉਣੇ बाथरूम जिवें मूवी का ना है रावण बाथरूम बाथरूम मतलब अगे ऐड करना है ना तेरे नाम मेरे नाम बाथरूम में ओइला फिल्म बाथरूम में आधी रात का सिंगम बाथरूम में दिल मिल गया है बाथरूम में एंटरटेनमेंट बाथरूम में रात भी भूत बाथरूम में यार मैं फिल्म नहीं में दस एवेंजर्स बाथरूम में यार मेनू नहीं आ रहा यार इन्हें हूं की नहीं होने दे एक लेसन दे होने ते टीचिंग क्लास खोल के दे इन्हू नहीं आ रहा कोई भी ना भरावा ले ला और दादे दे ब्याह दी मूवी नाल की सी रोकी रोकी बाथरूम में रोकी में एंटर बाथरूम में अपने एक आइडिया है वेले बैठे हुए तो भाई को प्रैंक कॉल करने लगे हैं तो ये एक भाई मून का कजन है खाला के बेटे इनका नाम है आकब भाई चल कर हेलो हेलो हाँ बट ठीक ही आ रहे ठीक है वही आ रहा गल का पता लग गई आकब लत टूट गई चलो कोई गल खलो यार मैं जरा तेन करना वा सही इसका नाम है जॉन ये भी अपना मामू का बेटा है तो उसे हम प्रैंक करने लगे कि यार उनका ना तबीयत खराब हो गया तो देखते हैं क्या रिस्पांस होता है तबीयत नहीं देनो पर नहीं मार छड़ना ही है भी मार छड़ना भाई ने तब भाई ने लगा फोन नहीं चुकना ओ भाई 100-200 रुपये जी तो ना वो डीपली वेट बंदा लगा ले चुक ही नहीं रहा देखे रिंगिंग बजा रहा तो वो चुक ही नहीं रहा फोन और जुड़ना ही नहीं ओ यार काम बड़ा पैड़ा हो गया यार ये हो गया ये बाबा सीरियस हो यार वो नहीं सही कर ली यार जो चौधरी जुन लै गए नहीं हूँ यार है तेरी जेब कर दे ठंड जो मैं मार्क्स वाले को खलोता हुआ कर लै पाए फोन रोन ਓਏ ਹੁਣ ਮੈਂ ਘਰ ਆਇਆ ਵਾ ਹੁਣ ਹੀ ਘਰ ਆਇਆ ਵਾ ਕਾਫੀ ਦੇਰ ਦਾ ਸੁੱਤਾ ਜੀ ਯਾਰ ਹੈ ਮੈਂ ਛੱਤ ਤੇ ਬੈਠਾ ਵਾਂ ਜੀ ਗੱਲ ਇਹ ਤੇਰੀ ਤੈਨੂੰ ਸਗੋਂ ਦੱਸਣਾ ਪਿਆ ਤਾਂ ਤੂੰ ਅੱਗੋਂ ਮੈਨੂੰ ਡਰਾ ਕੇ ਘਰ ਨਹੀਂ ਤੇ ਪਰ ਮੈਂ ਹੁਣ ਹੀ ਉੱਥੋਂ ਆਇਆ ਵਾ ਬਾਬਾ ਰੇਸ਼ਮ ਸੁਣੋ ਆਇਆ
मुंह धो के भर गया कि उज ही गया नहीं जो कर ले भरावा कर ले सुकून बाबा सुखिए सोया आइयो आहो चल बैठा है तू शर्म नहीं आई कहने यार एक दिन यूट्यूब चैनल लैके बह गया है नहीं जान से प्याड़ी छड़दा पिया है जोन साहब हुण जी प्रैंक कॉल कीती सी यार हुण बस यूट्यूब ते जाके तुसीं देखनी है यार माजरत यार तुहानूं रात है शुक्रिया नाले यार तुहानूं मेरी इन्नी फिक्र है जोन साहब तुहानूं वी जिथे मैं जरूरत होएगी मैं उत्थे नहीं पहुंचांगा अगर खुदा ना खासा होएगी वी ते च अपने च खून है नहीं तू दूजिआं नूं अच्छा तू कहड़ा अच्छा गल जोन साहब तुसीं कहड़ा डाक्टर हो मैं जानना वा चलो जो नहीं मिलने आ यार तुहानूं फिर दावत ते मिलांगे सही ओके हो गया रुक जा एक मिनट यार मैं फोन ऑन कर ला एक दो तीन आए बड़ी गल है कामरान मेरा पैर में इतना ही हो कामरान दिल करता पे बस पोखला की पिज्जा बहुत अच्छा भाई कामरान लगे बस अब खाएंगे तो फिर बाद में इनको मूवी क्या है ओए यार एक मिनट सिरी ऑन कर लेंगे भाई के फोन पर इधर पे आए हाय सिरी हाय बड़ा गोश हाय सिरी हाय बीफ कबाब हाय सिरी बैठा है हाय सिरी एक रह गया बस यार बस मुंह बंद कर भाई चुप चुप हाय सिरी डोंकी के पंप सिरी ऑन कर ले चल हाय सिरी वेयर आर यू फ्रॉम चुछुर वाली रहती है।